ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ। ਸੋ ਬਾਈ ਭਾਨੇ ਸਿੱਧੂ ਕੋਲੇ ਬੈਠੇ ਆ ਤੇ ਇੱਕ ਪਾਸੇ ਜਿਹੜੇ ਕਿਸਾਨ ਨੇ ਸਾਡੇ ਨੌਜਵਾਨ ਨੇ ਉਹ ਦਿੱਲੀ ਨੂੰ ਜਾ ਰਹੇ ਨੇ ਤੇ ਬਾਰਡਰਾਂ ਦੇ ਉੱਪਰ ਪੂਰੀ ਮਤਲਬ ਝੜਪ ਹੋ ਰਹੀ ਹੈ ਸਰਕਾਰ ਦੇ ਨਾਲ। ਦੂਜੇ ਪਾਸੇ ਵੀ ਜਿਹੜੇ ਬੰਦੇ ਆ ਉਹ ਲੜਾ ਕੇ ਰਾਜੀ ਹੁੰਦੀਆਂ ਨੇ ਤੇ ਦਿੱਲੀ ਜਾ ਰਹੇ ਹਾਂਗੇ ਤੇ ਬਾਈ ਭਾਨੇ ਸਿੱਧੂ ਦੀ ਜਿਹੜੀ ਸਿਹਤ ਸੀ ਥੋੜੀ ਮੋਟੀ ਖਰਾਬ ਸੀ ਤੇ ਬਾਈ ਨਾਲ ਗੱਲਬਾਤ ਕਰਦੇ ਆ ਤੇ ਨੌਜਵਾਨ ਨੂੰ ਸੰਦੇਸ਼ ਬਾਈ ਦਾ ਜ਼ਰੂਰ ਸੁਣ ਲਿਓ ਕੀ ਸੰਦੇਸ਼ ਹੈ। ਬੁਖਾਰ ਜਾ ਹੋ ਗਿਆ ਫਿਰ ਵਾਪਸ ਮੁੜ ਕੇ ਆਇਆ ਫਿਰ ਮੈਂ ਡਾਕਟਰ ਮਨਪ੍ਰੀਤ ਕੋਲ ਆਇਆ ਕਹਿੰਦਾ ਨਾ ਵੀ ਤੂੰ ਥੋੜਾ ਜਿਹਾ ਦਵਾਈਆਂ ਨੇ ਦਿੱਤੀਆਂ ਚੈੱਕ ਚੁੱਕ ਕਰਿਆ ਨੇ ਅੰਦਰ ਨਾ ਉਹ ਟਾਈਫਾਇਡ ਕੀ ਹੁੰਦਾ ਇਨਫੈਕਸ਼ਨ ਹੀ ਹੁੰਦੀ ਹੈ ਉਹਦੇ ਕਰਕੇ ਬੁਖਾਰ ਉੱਤਰ ਜਾਂਦਾ ਚੜ ਜਾਂਦਾ ਉੱਥੇ ਵੀ ਤੈਨੂੰ ਪਤਾ ਨਾ ਇਹ ਜਿਹੜਾ ਹੋਇਆ ਫਿਰ ਉੱਥੇ ਤੈਨੂੰ ਅੰਦਰ ਦਵਾਈ ਦਵੂਈ ਜੇਲ੍ਹ ਚ ਇਹ ਜਿਹੀ ਹੁੰਦੀ ਹੈ ਉਹਦੇ ਕਰਕੇ ਉਹ ਹੁਣ ਆਪਾਂ ਬਸ ਅੱਜ ਕੱਲ੍ਹ ਅਸੀਂ ਠੀਕ ਹੋ ਜਾਵਾਂਗੇ ਇਸ ਕਰਕੇ ਮੈਂ ਅੱਜ ਜਾਂ ਕੱਲ੍ਹ ਤੱਕ ਜਦੋਂ ਵੀ ਡਾਕਟਰ ਸਾਹਿਬ ਨਾਲ ਗੱਲ ਕਰਕੇ ਦਵਾਈ ਦਵੂਈ ਲੈ ਕੇ ਤੇ ਉੱਥੇ ਸਾਰੇ ਪਹੁੰਚਦੇ ਹਾਂ ਵੀਰੋ ਨੌਜਵਾਨ ਨੂੰ ਕਿਉਂਕਿ ਜਿਹੜੀ ਇਹ ਲੜਾਈ ਆ ਇਹ ਲੜਾਈ ਬਾਪੂ ਨੇ ਜਿਹੜੇ ਅਸੀਂ ਕਿਸਾਨ ਸਾਡੇ ਆਗੂ ਨੇ ਉਹ ਵੀ ਆਪਦੇ ਲਈ ਨਹੀਂ ਲੜ ਰਹੇ ਉਹ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਪੰਜਾਬ ਦੀਆਂ ਫਸਲਾਂ ਨੂੰ ਬਚਾਉਣ ਲਈ ਲੜ ਰਹੇ ਨੇ ਨਸਲਾਂ ਨੂੰ ਬਚਾਉਣ ਲਈ ਲੜ ਰਹੇ ਨੇ ਇਸ ਕਰਕੇ ਆਪਾਂ ਨੌਜਵਾਨ ਦੇਖੋ ਹਰ ਇੱਕ ਯੁੱਧ ਦੇ ਵਿੱਚ ਹਰ ਇੱਕ ਸੰਘਰਸ਼ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੁੰਦਾ ਜਦੋਂ ਕਿਰਾ ਜਵਾਨੀ ਉੱਠ ਖੜੇ ਤਾਂ ਫਿਰ ਸਾਰੇ ਮੋਰਚੇ ਫਤਿਹ ਹੀ ਹੁੰਦੇ ਨੇਗੇ ਪਹਿਲਾਂ ਜਵਾਨੀ ਉੱਠੀ ਤਾਂ ਮੋਰਚੇ ਫਤਿਹ ਕਰਕੇ ਆਏ ਹਾਂ ਇਸ ਕਰਕੇ ਨੌਜਵਾਨੋ ਜਿੰਨੇ ਵੀ ਤੁਸੀਂ ਮੇਰੇ ਭੈਣ ਭਰਾ ਹੋ ਮੇਰੀ ਬੇਨਤੀ ਹੈ ਜਿਵੇਂ ਆਪਾਂ ਪਹਿਲਾਂ ਲੜਾਈ ਸਿਰ ਜੋੜ ਕੇ ਲੜੀ ਆ ਉਵੇਂ ਹੀ ਜਿਹੜੀ ਆਪਾਂ ਲੜਾਈ ਲੜਨ ਲਈ ਤਿਆਰ ਰਹੀਏ ਤੇ ਪੰਜਾਬ ਦੇ ਵਿੱਚੋਂ ਚਾਲੇ ਪਾਓ ਤੇ ਕਲਾਕਾਰਾਂ ਨੂੰ ਬੇਨਤੀ ਆ ਵੀ ਜਿਵੇਂ ਪਹਿਲਾਂ ਭਰਾਵੋ ਤੁਸੀਂ ਸਾਥ ਦਿੱਤਾ ਹੁਣ ਉਵੇਂ ਜਿਕਰੂ ਤੁਸੀਂ ਸਾਥ ਦੁਬਾਰਾ ਫੇਰ ਦਿਓ ਤੇ ਸਾਰੇ ਜਾਣੇ ਇਕੱਠੇ ਹੋ ਕੇ ਜਿਹੜੀ ਆਪਾਂ ਲੜਾਈ ਲੜੀਏ ਨੌਜਵਾਨ ਨੂੰ ਵਾਰੀਆਂ ਬੰਨ ਲਓ ਸਮਾਂ ਬੰਨ ਲਓ ਸੈਂਟਰ ਸਰਕਾਰ ਨੂੰ ਜਿਹੜੀ ਧੌਣ ਚੋਂ ਕਿੱਲਾ ਉਹ ਕੱਢ ਕੇ ਮੁੜਾਂਗੇ ਤੇ ਸਰਕਾਰਾਂ ਦੇ ਅੱਗੇ ਆਪਣੀ ਜਿਹੜੀ ਕੌਮ ਆ ਇਹ ਸ਼ੁਰੂ ਤੋਂ ਹੀ ਕਿਤੇ ਦਬੀ ਸਾਡੀ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਗੁੜਤੀ ਮਹਾਰਾਜ ਨੇ ਅਸੀਂ ਦਿੱਤੀ ਹੈ ਥਾਪੜਾ ਹੀ ਐਸਾ ਦਿੱਤਾ ਕਿ ਸਰਕਾਰਾਂ ਦੀ ਆਪਾਂ ਹਮੇਸ਼ਾ ਜੀ ਧੌਣ ਤੋਂ ਕਿੱਲਾ ਕੱਢਦੇ ਆਏ ਤੇ ਹੁਣ ਵੀ ਆਪਾਂ ਕੱਢਾਂਗੇ ਇਸ ਕਰਕੇ ਮੈਂ ਜਦੋਂ ਵੀ ਬਸ ਮਾੜਾ ਜਿਹਾ ਸਿਹਤ ਕਹਿਣੇ ਚ ਹੁੰਦੀ ਹੈ ਉਹਦੀ ਇੱਥੋਂ ਚੱਲ ਪਊਂਗਾ ਚਾਹੇ ਅੱਜ ਚੱਲ ਪਈਏ ਚਾਹੇ ਕੱਲ੍ਹ ਨੂੰ ਚੱਲ ਪਈਏ ਤੇ ਤੁਹਾਡੇ ਸਾਰੇ ਨੌਜਵਾਨਾਂ ਦੇ ਵਿੱਚ ਉੱਥੇ ਆਪਾਂ ਰਲ ਮਿਲ ਕੇ ਸਾਰਿਆਂ ਨੇ ਆਪਾਂ ਉਮੀਦ ਨੂੰ ਯੋਗਦਾਨ ਪਾਉਣਾ ਤੇ ਜਿਹੜੀ ਆਪਣੀ ਮੰਗਾਂ ਕੀ ਨੇਗੀਆਂ MSP ਦੀ ਮੰਗ ਜਿਹੜੀ ਸਾਡੀ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਦੀ ਮੰਗ ਜੋ ਜੋ ਸਾਡੇ ਨਾਲ ਭਾਜਪਾ ਨੇ ਪਹਿਲਾਂ ਵਾਅਦੇ ਕੀਤੇ ਸੀਗੇ ਸਭ ਤੋਂ ਵੱਡੀ ਗੱਲ ਆ ਕਰਜ਼ੇ ਦੀ ਜਿਹੜੀ ਕਰਜ਼ੇ ਦੀ ਮੰਗ ਆ ਉਹਦੇ ਵਿੱਚ ਮਜ਼ਦੂਰਾਂ ਦੇ ਜਿਹੜੇ ਕਰਜ਼ਾ ਉਹਦੇ ਵੀ ਰੱਖੀ ਗਈ ਆ ਗੱਲ ਕਿਉਂਕਿ ਸਾਨੂੰ ਪੰਜਾਬ ਦੇ ਵਿੱਚ ਲੜਾ ਕੇ ਮਾਰਿਆ ਜਾਂਦਾ ਕਿਸਾਨਾਂ ਤੇ ਮਜ਼ਦੂਰਾਂ ਨੂੰ ਬਹੁਤ ਵੱਡੀਆਂ ਰਾਜਨੀਤਿਕ ਬੰਦੇ ਦੇ ਸਾਜ਼ਿਸ਼ ਹੁੰਦੀਆਂ ਮੈਂ ਇੱਕ ਚੀਜ਼ ਦੇਖਿਆ ਹਨਾ ਵੀ ਸਾਡੇ ਨਾ ਲੋਕ ਆਪਣੇ ਲੋਕਾਂ ਦੇ ਹੀ ਖਿਲਾਫ ਕਿਵੇਂ ਹੋ ਜਾਂਦੇ ਨੇ ਉਹ ਰਾਜਨੀਤਿਕ ਬੰਦੇ ਕਰਦੇ ਨੇ ਸਾਡੀ ਲੜਾਈ ਸਰਕਾਰਾਂ ਨਾਲ ਹੋਣੀ ਚਾਹੀਦੀ ਆ ਸਾਡੀ ਲੜਾਈ ਇੱਕ ਦੂਸਰੇ ਨਾਲ ਨਹੀਂ ਹੋਣੀ ਚਾਹੀਦੀ ਅਸੀਂ ਕੀ ਦੇਖਿਆ ਮੈਂ ਦੇਖਿਆ ਸਾਡੇ ਲੋਕ ਇੱਕ ਦੂਸਰੇ ਦੇ ਖਿਲਾਫ ਬੋਲੀ ਜਾਂਦੇ ਤੈਂ ਨਹੀਂ ਕੀਤਾ ਉਹਨੇ ਨਹੀਂ ਕੀਤਾ ਉਹਨੇ ਨਹੀਂ ਕੀਤਾ ਕਰ ਲਾਂਗੇ ਯਾਰ ਤੁਸੀਂ ਤਾਂ ਕਰੋ ਨਾ ਇਸ ਕਰਕੇ ਸਾਡੀ ਸਰਕਾਰਾਂ ਨਾਲ ਲੜਾਈ ਹੋਣੀ ਚਾਹੀਦੀ ਜਿਹੜੀ ਕਰਜ਼ੇ ਦੀ ਗੱਲ ਆ ਨਾ ਕਰਜ਼ਾ ਤੁਸੀਂ ਇਹ ਦੇਖੋ ਸੈਂਟਰ ਸਰਕਾਰ ਨੇ ਕਰੋੜਾਂ ਰੁਪਇਆ ਜਿਹੜਾ ਅਰਬਾਂ ਰੁਪਇਆ ਜਿਹੜਾ ਬਿਜ਼ਨਸਮੈਨਾਂ ਦਾ ਕਾਰਪੋਰੇਟ ਘਰਾਣਾ ਦਾ ਮਾਫ਼ ਕਰਤਾ ਜਿਹੜਾ ਕਿਸਾਨ ਆ ਜਿਹੜਾ ਮਜ਼ਦੂਰ ਹੈ ਜਿਹਦੇ ਸਿਰ ਤੇ ਦੇਸ਼ ਚੱਲਦਾ ਉਹਦਾ ਕਰਜ਼ਾ ਮਾਫ਼ ਨਹੀਂ ਕਰ ਸਕਦੀ ਹੈ ਸਰਕਾਰ ਕਰਜ਼ੇ ਦੀ ਮੰਗ ਬਹੁਤ ਵੱਡੀ ਹੈ ਜਿਹੜੇ ਕਿ ਸਾਡੇ ਲਖੀਮਪੁਰ ਖੇਰੀ ਦੇ ਵਿੱਚ ਜਿਹੜੇ ਸਾਡੇ ਸ਼ਹੀਦ ਹੋਏ ਜਿਹੜੇ ਸਾਡੇ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਉਹਨਾਂ ਲੋਕਾਂ ਦਾ ਮੁਆਵਜ਼ਾ ਉਹਨਾਂ ਲੋਕਾਂ ਨੂੰ ਨੌਕਰੀਆਂ ਜਿਹੜੀਆਂ ਕਹੀ ਸੀ ਗੱਲ ਪਰਚਿਆਂ ਦੀ ਗੱਲ ਕਹੀ ਸੀਗੀ ਤੇ ਜਿਹੜੇ ਸਾਡੇ ਥੋੜੇ ਪਰਚੇ ਕੈਂਸਲ ਕਰਾਂਗੇ ਜਿਹੜੇ ਸਾਡੇ ਉਸ ਅੰਦੋਲਨ ਵੇਲੇ ਪਏ ਤੇ ਜਿਹੜੀਆਂ ਉਹੀ ਮੰਗਾਂ ਨੇਗੀਆਂ ਸਾਡੀਆਂ ਹਨਾ ਤੇ ਇਸ ਕਰਕੇ ਉੱਥੇ ਸਾਨੂੰ ਜਿਹੜਾ ਪਹਿਰਾ ਦੇਣਾ ਪੈਣਾ ਨਹੀਂ ਤਾਂ ਤੁਹਾਨੂੰ ਪਤਾ ਵੀ ਜੇ ਅਸੀਂ ਨਾ ਲੜੇ ਸਾਨੂੰ ਹਮੇਸ਼ਾ ਲੜਨ ਲਈ ਤਿਆਰ ਰਹਿਣਾ ਚਾਹੀਦਾ ਜੇ ਅਸੀਂ ਨਾ ਲੜੇ ਤਾਂ ਤੁਹਾਨੂੰ ਪਤਾ ਹੀ ਆ ਵੀ ਫਿਰ ਸਾਡੇ ਹਾਲਾਤ ਕੀ ਹੋਣੇ ਨੇ ਤੇ ਸਾਰੇ ਨੌਜਵਾਨ ਚੱਲੋ ਤੇ ਨੌਜਵਾਨਾਂ ਤੇ ਮੈਨੂੰ ਪੂਰਾ ਵਿਸ਼ਵਾਸ ਆ ਮੇਰੇ ਭਰਾਵਾਂ ਤੇ ਮੇਰੇ ਵੀਰਾਂ ਤੇ ਮੈਨੂੰ ਪੂਰਾ ਵਿਸ਼ਵਾਸ ਆ ਕਿ
ਸਾਹ ਦੇ ਵੀ ਰਹੇ ਨੇ, ਡਟੇ ਵੀ ਖੜੇ ਨੇ ਬਾਰਡਰਾਂ ਤੇ, ਉਹਨਾਂ ਦਾ ਵੀ ਧੰਨਵਾਦ, ਤੇ ਡਟੇ ਖੜੇ ਨੇ, ਤੇ ਜਿਹੜੇ ਰਹਿ ਗਏ ਉਹ ਵੀ ਚਲੋ ਮੇਰੇ ਭਰਾਵਾਂ, ਧੰਨਵਾਦ। ਹਾਂਜੀ, ਵਾਹਿਗੁਰੂ ਖਾਲਸਾ ਜੀ, ਵਾਹਿਗੁਰੂ ਜੀ।